Hi guys, welcome to Preeti's channel. Hello everyone. Here is someone special. So aaj tanu pata lag gaya hona aaj hai gaya ji Saturday. Yep. Sunny aaj kare ne. So aaj plan hai day out da. Yay, Saturday. Hun assi ready ho gaye te assi breakfast layi chale hain coffee club. Hun assi time spend karna hai ikatthiyan ne. Follow us. ਦੇਖਦੇ ਹੋ ਜਿਵੇਂ ਅੱਜ ਵੈਦਰ ਵੀ ਬਹੁਤ ਵਧੀਆ ਬਿਕੋਜ਼ ਸਾਰਾ ਵੀਕ ਅਸੀਂ ਕੰਮ ਕਰਦੇ ਹਾਂ ਸਪੈਸ਼ਲੀ ਸਨੀ ਜੋਬ 'ਤੇ ਬਹੁਤ ਬਿਜ਼ੀ ਰਹਿੰਦੇ ਹਾਂ ਅਤੇ ਸਾਨੂੰ ਇਕੱਠੇ ਫਿਰ ਸਿਰਫ ਈਵਨਿੰਗ ਹੀ ਮਿਲਦੀ ਹੈ ਸਪੈਂਡ ਕਰਨ ਨੂੰ ਅਤੇ ਅਸੀਂ ਵੀਕਐਂਡ 'ਤੇ ਇੱਦਾਂ ਹੁੰਦਾ ਕਿ ਚਲੋ ਬ੍ਰੇਕਫਾਸਟ ਬਾਹਰ ਕਰੇ ਆਉਂਦੇ ਹਾਂ ਜਾ ਕੇ ਅਸੀਂ ਇਕੱਠੇ ਟਾਈਮ ਸਪੈਂਡ ਵੀ ਹੋ ਜਾਂਦਾ ਹੈ ਫੈਮਲੀ ਟੂਗੈਦਰ ਫੈਮਲੀ ਟਾਈਮ ਵੀ ਇਕੱਠੇ ਹੋ ਜਾਂਦਾ ਅਤੇ ਵਧੀਆ ਲੱਗਦਾ ਕੁਝ ਚੇਂਜ ਹੋ ਜਾਂਦਾ ਬਿਕੋਜ਼ ਸਾਰੇ ਹਫ਼ਤੇ ਦੀ ਉਹੀ ਰੂਟੀਨ 'ਚ ਅਸੀਂ ਥੱਕ ਜਾਂਦੇ ਹਾਂ ਫਿਰ ਵੀਕਐਂਡ 'ਤੇ ਥੋੜ੍ਹਾ ਚਲੋ ਬਾਹਰ ਜਾਂਦੇ ਹਾਂ ਥੋੜ੍ਹਾ ਚੇਂਜ ਮਿਲ ਜਾਂਦਾ ਅੱਜ ਮੌਸਮ ਤੁਸੀਂ ਬਿਕੋਜ਼ ਜਦ ਵੀ ਮੋਸਟਲੀ ਮੈਨੂੰ ਲੱਗਦਾ ਮੈਂ ਲਾਸਟ ਵੀਡੀਓਜ਼ ਬਣਾਈਏ ਤੁਸੀਂ ਵੇਖਿਆ ਹੋਣਾ ਮੋਸਟਲੀ ਮੀਂਹ ਪੈਂਦਾ ਸੀ ਅਤੇ ਅੱਜ ਵੈਦਰ ਇਜ਼ ਰੀਅਲੀ ਔਸਮ ਸਿਲਵੀ ਸਿਲਵੀ ਮੇਰੀ ਕੀਸ ਗੱਡੀ ਦੀ ਲੈ ਕੇ ਖੜੀ ਹੈ ਸੋ ਵੀ ਆਰ ਰੈਡੀ ਟੂ ਗੋ ਅਸੀਂ ਵੇਟ ਕਰ ਰਹੇ ਹਾਂ ਡੈਵ ਅਤੇ ਉਹਦੇ ਪਾਪਾ ਦੇ ਬਾਹਰ ਆਉਣ ਦੀ ਉਹਦੇ ਡੈਡੀ ਉਹਦਾ ਹੇਅਰ ਜੈੱਲ ਲਾ ਰਹੇ ਹਾਂ ਬਿਕੋਜ਼ ਉਹ ਪਾਪਾ ਦਾ ਕੰਮ ਹੁੰਦਾ ਮੰਮਾ ਦਾ ਕੰਮ ਨਹੀਂ ਹੈ ਤੁਹਾਨੂੰ ਮੈਂ ਬਾਹਰ ਥੋੜ੍ਹਾ ਜਿਹਾ ਇੰਨੇ ਦਿਖਾ ਦਿੰਦੀ ਹਾਂ ਰੀਅਲੀ ਨਾਈਸ ਵੈਦਰ Hello Sylvie. Hello. Do you want to say anything to viewers? What do you think? Hi everybody. You know, inhe apni zarur appearance deni hundi hai video ch. Hi. So guys, tusi mainu dassya karo je tusi meri videos like karde ho, je thonu vadhiya lagdi hai te mainu zarur comment karke dassya karo because main vekhdi hundi hai te main try kardi hai te reply davan. ਜਿੰਨੇ ਵੀ ਮੈਨੂੰ ਕਮੈਂਟਸ ਆਉਂਦੇ ਹੈ ਕਿਉਂਕਿ ਮੈਂ ਇੱਕਦਮ ਨਵਾਂ ਚੈਨਲ ਮੈਂ ਆਪਣਾ ਸੈਟਅਪ ਕੀਤਾ ਸੀ ਮੈਨੂੰ ਆਈ ਐਮ ਰੀਅਲੀ ਹੈਪੀ ਬਟ ਮੈਂ ਐਕਸਪੈਕਟ ਕਰ ਰਹੀ ਕਿ ਮੈਨੂੰ ਹੋਰ ਵਿਊਜ਼ ਆਉਣ ਅਤੇ ਮੇਰੇ ਹੋਰ ਸਬਸਕ੍ਰਾਈਬਰਸ ਵਧਣ ਜਿਨ੍ਹਾਂ ਨੇ ਵੀ ਮੈਨੂੰ ਸਬਸਕ੍ਰਾਈਬ ਕੀਤਾ ਅਤੇ ਮੈਨੂੰ ਵੇਖਦੇ ਹੈ ਮੈਂ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਦਾ ਅਤੇ ਹੁਣ ਡੈਵ ਵੀ ਰੈਡੀ ਹੋ ਕੇ ਆ ਗਿਆ ਡੈਵ ਯੂ ਵਾਂਟ ਟੂ ਸੇ ਹਾਈ ਟੂ ਮਾਈ ਵਿਊਜ਼ ਹਾਈ Welcome to my mom's channel. I hope you subscribe. And papa di wait ho rahi hai te oh lock la rahe ne. Keys with Sylvie. Sylvie go give keys to daddy. Funny thing ki hoyi ki Sunny andar keys labh rahe ne te Sylvie bahar leke khadi hai. ਅਸੀਂ ਹੁਣ ਜਾਵਾਂਗੇ ਬ੍ਰੇਕਫਾਸਟ ਲਈ ਅਤੇ ਉੱਥੇ ਜਾ ਕੇ ਵੇਖਾਂਗੇ ਕੀ ਖਾਣਾ ਅੱਜ ਸਾਡਾ ਚੋਕਲੇਟ ਡੋਨਟਸ ਪਹਿਲਾਂ ਬ੍ਰੇਕਫਾਸਟ ਤਾਂ ਕਰ ਲਈ ਇਹਨਾਂ ਦੀ ਅਗਲਾ ਮੈਨਿਊ ਵੀ ਹੁਣ ਰੈਡੀ ਹੋ ਗਿਆ ਚੋਕਲੇਟ ਡੋਨਟਸ ਫਸਟ ਵਿਲ ਹੈਵ ਬ੍ਰੇਕਫਾਸਟ ਅਤੇ ਮੈਂ ਇੱਕ ਹੋਰ ਐਕਸਾਈਟਿੰਗ ਚੀਜ਼ ਦੱਸਦੀ ਹਾਂ ਅਸੀਂ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਸੋਚਿਆ ਅੱਜ ਤੁਹਾਨੂੰ ਕਿਤੇ ਨਵੀਂ ਥਾਂ 'ਤੇ ਲੈ ਕੇ ਜਾਈਏ ਅਸੀਂ ਉਹ ਦਿਖਾਵਾਂਗੇ ਕੁਛ ਅਸੀਂ ਹਲੇ ਮੈਂ ਸਨੀ ਨਾਲ ਗੱਲ ਨਹੀਂ ਕੀਤੀ ਅਤੇ ਸਨੀ ਜਦ ਦੱਸਣਗੇ ਵੀ ਅਸੀਂ ਅਸੀਂ ਕਿੱਥੇ ਤੁਹਾਨੂੰ ਕੁਛ ਨਵੀਂ ਚੀਜ਼ ਵਿਖਾਈਏ ਜਾ ਕੇ ਚਲੋ ਹੁਣ ਚੱਲੀਏ ਤੁਸੀਂ ਵੇਖਦੇ ਹੋ ਸਾਰੇ ਜਣੇ ਹੁਣ ਤਿਆਰ ਨੇ ਐਵਰੀਬਡੀਜ਼ ਅਸੀਂ ਹੁਣ ਗੱਡੀ 'ਚ ਆ ਕੇ ਬੈਠ ਗਏ ਅਤੇ ਸਨੀ ਹੁਣ ਲਾ ਰਹੇ ਨੇ ਲੋਕ ਵੀ ਆਰ ਵੇਟਿੰਗ ਇਨ ਦ ਕਾਰ Okay, I'm never going to help you again. Guys, say hi. Hi. We are going to the muffin. No. Bas, pichle 2-3 dinon ton itthe barish ho rahi si te thand ho gayi si te ajj bahut zyada garmi hoyi hai. Hai na Sunny? Yes, my love. Say again, please. Yes, my love. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਕੀ ਬਣੂ ਓ ਕੀ ਬਣੂ ਓ ਕੀ ਬਣੂ ਦੁਨੀਆ ਦਾ
ਕਰਨ ਨੱਟੀਆਂ ਆ ਗਈਆਂ ਮੈਂ ਤੋਂ ਅੰਗਰੇਜ਼ ਵੱਡੀਆਂ I don't like the Punjabi Hindi ਸ਼ਰਮ ਨਹੀਂ ਆਉਂਦੀ ਸਾਨੂੰ ਗਾਣਾ ਦਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਣਾ ਦਿੰਦੀ ਨੂੰ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹਰ ਪੱਖੀ ਦੇ ਕੇ ਕੱਚੀ ਨਹੀਂ ਢਾਈ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਕੜਕਣ ਹੱਟੀਆਂ ਵਜਾਉਣ ਡਮਰੂ ਸ਼ਾਸਤਾਂ ਨੇ ਮਾਰਲੀ ਜਵਾਨੀ ਚੜ੍ਹਦੀ ਦਿਲ ਮਿਲ ਕਿਤੇ ਅੱਖ ਕਿਤੇ ਲੜਦੀ ਮਰ ਜਾਣੇ ਮਨ ਕੀ ਭਰੋਸਾ ਗੱਲ ਦਾ ਬੁਰਾ ਨਹੀਂ ਮਨਾਈਦਾ ਕਿਸੇ ਦੀ ਗੱਲ ਦਾ ਕਹਿ ਗਏ ਨੇ ਲੋਕ ਸਿਆਣੇ ਉਹ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆਂ ਦਾ ਨਿਊਜ਼ੀਲੈਂਡ ਦੀ ਹੁਣ ਲੌਂਗੈਸਟ ਟਨਲ ਹੈ ਜੇ ਤੁਸੀਂ ਵੇਖੋ ਆਈ ਥਿੰਕ ਇਹ ਕੁਛ 5 ਮਿੰਟਸ ਦੀ ਹੈ ਮੇ ਬੀ ਲੈਟਸ ਸੀ ਕਰ ਲਿਆ ਅਤੇ ਹੁਣ ਅਸੀਂ ਸੋਚ ਰਹੇ ਹਾਂ ਕਿ ਅਸੀਂ ਕਿਤੇ ਹੁਣ ਥੋੜ੍ਹਾ ਆਊਟਿੰਗ ਲਈ ਚੱਲੀਏ ਅਤੇ ਅਸੀਂ ਕਿੱਥੇ ਦਾ ਪਲਾਨ ਕੀਤਾ ਸਨੀ ਏਅਰਪੋਰਟ ਲੁੱਕਆਊਟ ਪੁਆਇੰਟ ਓਕੇ ਅੱਜ ਅਸੀਂ ਚੱਲੇ ਹਾਂ ਏਅਰਪੋਰਟ ਲੁੱਕਆਊਟ ਏਅਰਪੋਰਟ ਲੁੱਕਆਊਟ ਪੁਆਇੰਟ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਲੈਟਸ ਇੰਜੋਏ ਸਿੱਖਦਾ ਮੁੰਡਾ ਚੰਗਾ
ਵੈਸੇ ਅਸੀਂ ਐਕਚੁਅਲੀ ਨਿਊਜ਼ੀਲੈਂਡ ਦਾ ਵੈਦਰ ਇੱਦਾਂ ਦਾ ਹੈ ਕਿ ਕੁਝ ਵੀ ਪਤਾ ਨਹੀਂ ਲੱਗਦਾ 2 ਮਿੰਟ 'ਚ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਅਤੇ 2 ਮਿੰਟ 'ਚ ਧੁੱਪ ਨਿਕਲ ਜਾਂਦੀ ਹੈ ਇੱਕਦਮ ਠੰਡ ਸ਼ੁਰੂ ਹੋ ਜਾਂਦੀ ਹੈ ਇੱਕਦਮ ਗਰਮੀ ਲੱਗਦੀ ਹੈ ਬਾਹਰ ਅੱਜ ਮੋਰਨਿੰਗ 'ਚ ਬਹੁਤ ਸਨੀ ਡੇ ਸੀ ਬਹੁਤ ਵਧੀਆ ਸੀ ਅਸੀਂ ਤਿਆਰ ਹੋ ਕੇ ਨਿਕਲੇ ਕਿ ਹਾਂ ਚਲੋ ਅੱਜ ਆਊਟਿੰਗ ਲਈ ਚੱਲਦੇ ਹਾਂ ਬਟ ਬਾਹਰ ਇੰਨਾ ਗੰਦਾ ਵੈਦਰ ਹੋ ਗਿਆ ਤੁਸੀਂ ਜਿਵੇਂ ਤੁਹਾਨੂੰ ਵਿਖਾਉਂਦੀ ਹੈ ਬਹੁਤ ਜ਼ਿਆਦਾ ਰੇਨ ਸ਼ੁਰੂ ਹੋ ਗਈ ਹੈ ਬਟ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਅਸੀਂ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਅਸੀਂ ਪੂਰੀ ਕੋਸ਼ਿਸ਼ ਕੀਤੀ ਵਧੀਆ ਫੁਟੇਜ ਲੈਣ ਦੀ ਅਤੇ ਹੋਪ ਤੁਹਾਨੂੰ ਵਧੀਆ ਲੱਗੂਗਾ